ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਆ ਪ੍ਰਵੀਨ ਰੱਖੜਾ। ਸੋ ਸਾਡਾ ਪਿੰਡ ਹੈ ਇਹ ਰੱਖੜਾ। ਰੱਖੜੇ ਦੇ ਉੱਤੇ ਹੀ ਆਪਣੇ ਸਰਦਾਰ ਵੀਰ ਨੇ ਨਾ ਕੁਲਚੇ ਦਾ ਕੰਮ ਸਟਾਰਟ ਕਰਿਆ ਆ। ਸੋ ਇਹ ਨਾਭਾ ਪਟਿਆਲਾ ਰੋਡ ਆ ਜਿੱਥੇ ਬਾਈ ਖੜਦਾ ਆ। ਆ ਜਾਓ, ਤੁਹਾਨੂੰ ਬਾਈ ਨਾਲ ਮਿਲਾਉਣਾ ਸਭ ਤੋਂ ਪਹਿਲਾਂ ਤਾਂ। ਸੋ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸੋ ਆਪਣਾ ਵੀਰ ਆ, ਤੁਸੀਂ ਦੇਖ ਸਕਦੇ ਹੋ ਨਾ, ਬਹੁਤ ਪਿਆਰਾ ਜਿਹਾ ਸੈਟ ਪਲਾਇਆ ਹੋਇਆ ਬਾਈ ਨੇ ਕੁਲਚੇ ਵਾਲਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ, ਅੱਜ ਤੋਂ ਪਹਿਲਾਂ ਜਿਹੜਾ ਇਹ ਕੰਮ ਕਰਦੇ ਸੀ ਬਾਹਰਲੇ ਲੋਕ ਜ਼ਿਆਦਾ ਕਰਦੇ ਸੀ। ਤੁਸੀਂ ਆਮ ਤੌਰ 'ਤੇ ਪਿੰਡਾਂ 'ਚ ਵੀ ਦੇਖਿਆ ਹੋਣਾ, ਬਾਹਰਲੇ ਲੋਕ ਜ਼ਿਆਦਾ ਕਰਦੇ ਨੇ। ਸੋ ਬਾਈ ਨੇ ਕੰਮ ਸਟਾਰਟ ਕਰਿਆ ਆ, ਦੇਖ ਕੇ ਬਹੁਤ ਖੁਸ਼ੀ ਹੋਈ ਵੀ ਆਪਣੇ ਜਿਹੜੇ ਪੰਜਾਬੀ ਵੀਰ ਨੇ ਉਹ ਵੀ ਇਸ ਚੀਜ਼ ਨੂੰ ਲੈ ਕੇ ਅੱਗੇ ਆ ਰਹੇ ਨੇ। ਸੋ ਸਭ ਤੋਂ ਪਹਿਲਾਂ ਵੀਰੇ, ਤੁਹਾਡਾ ਨਾਮ ਕੀ ਆ? ਸੁਖਜਿੰਦਰ ਸਿੰਘ। ਅਤੇ ਇਹ ਕੰਮ ਤੁਸੀਂ ਕਿੰਨਾ ਟਾਈਮ ਹੋ ਗਿਆ ਵੀਰੇ ਕਰਦੇ ਨੂੰ? ਹੋ ਗਿਆ ਵੀਰੇ 6 ਮਹੀਨੇ ਹੋ ਗਏ। 6 ਮਹੀਨੇ? ਇਹ ਤੋਂ ਪਹਿਲਾਂ ਕੀ ਕਰਦੇ ਤੇ ਵੀਰੇ? ਪਹਿਲਾਂ ਵੀਰੇ ਨੌਕਰੀ ਕਰਦੇ ਸੀ। ਨੌਕਰੀ? ਅੱਛਾ, ਨੌਕਰੀ ਛੱਡ ਕੇ ਤੁਸੀਂ ਇਹ ਕੰਮ ਸਟਾਰਟ ਕਰਿਆ, ਇਹ ਕਿਉਂ ਬਾਈ? ਬਸ ਵੀਰੇ, ਨੌਕਰੀ ਦੇ ਪੈਸੇ ਘੱਟ ਮਿਲਦੇ ਤੇ। ਨੌਕਰੀ ਕਾਹਦੀ ਕਰਦੇ ਤੁਸੀਂ? ਨੌਕਰੀ ਫੋਕਲ ਪੁਆਇੰਟ 'ਚ ਵੀਰੇ। ਠੀਕ ਹੈ ਵੀਰੇ, ਅਤੇ ਉਹ ਤੋਂ ਬਾਅਦ ਤੁਸੀਂ ਇਹ ਕੰਮ ਕਿਉਂ ਸੋਚਿਆ? ਮਤਲਬ ਇਹੀ ਕੰਮ ਕਿਵੇਂ ਸੋਚਿਆ ਵੀ ਮੈਂ ਕੁਲਚੇ ਦਾ ਕੰਮ ਕਰਨਾ? ਇਹ ਕਿਤੋਂ ਸਿੱਖਿਓ ਪਹਿਲਾਂ ਤੁਸੀਂ? ਹਾਂਜੀ। ਕਿੱਥੋਂ ਵੀਰੇ? ਇਹ ਵੀਰੇ ਆਪਣੇ ਪਸਿਆਣੇ ਮੁੰਡੇ ਬਣਾਉਂਦੇ ਨੇ, ਜੱਸੀ ਬਾਈ, ਉਹਦੇ ਕੋਲ ਸਿੱਖਿਆ ਕੰਮ ਨੇ। ਠੀਕ ਹੈ ਵੀਰੇ, ਉਹ ਤੋਂ ਬਾਅਦ ਤੁਸੀਂ ਸੋਚਿਆ ਵੀ ਆਪ ਕਰੀਏ, ਅਤੇ ਇੱਥੇ ਤੁਸੀਂ ਕਿਵੇਂ ਸੋਚਿਆ ਇੱਥੇ ਖੜ੍ਹਨ ਬਾਰੇ? ਉਰੇ ਵੀਰੇ ਇੱਕ ਤਾਂ ਬਾਈਪਾਸ ਹੈ ਇਹ, ਟ੍ਰੈਫਿਕ ਜ਼ਿਆਦਾ, ਥੋੜ੍ਹਾ ਜਿਹਾ ਕਸਟਮਰ ਰੁਕ ਜਾਂਦਾ ਵੇ ਖਾਣ ਲਈ। ਠੀਕ ਹੈ ਵੀਰੇ, ਅਤੇ ਤੁਹਾਨੂੰ ਸੰਘ ਵਗੈਰਾ ਨਹੀਂ ਲੱਗੀ ਸਟਾਰਟ ਕਰਦੀ? ਕਿਉਂਕਿ ਆਪਣੇ ਨਾ ਪੰਜਾਬੀਆਂ 'ਚ ਅਕਸਰ ਇਹ ਹੁੰਦਾ ਵੀ ਛੋਟਾ ਕੰਮ ਮੰਨਦੇ ਨੇ ਇਹ ਚੀਜ਼ ਨੂੰ, ਅਤੇ ਬਹੁਤ ਲੋਕ ਤੁਹਾਨੂੰ ਪਤਾ ਕਰਦੇ ਨਹੀਂ ਹੈਗੇ ਇਹ ਚੀਜ਼। ਤੁਸੀਂ ਇਹ ਚੀਜ਼ ਨੂੰ ਕਿਵੇਂ? ਸੰਘ ਨੂੰ ਕੀ ਹੈ ਵੀਰੇ, ਪੰਜਾਬੀ ਦਾ ਆਪਣਾ ਕੰਮ ਹੈ ਇਹ, ਪੰਜਾਬ ਤੋਂ ਬਾਹਰ ਕੋਈ ਤਾਂ ਕਿਤੇ ਨਹੀਂ ਹੈਗਾ ਵੀਰੇ, ਇਕੱਲਾ ਪੰਜਾਬ ਪੰਜਾਬ 'ਚ ਕੰਮ ਆ ਕੁਲਚੇ ਦਾ ਕੰਮ। ਮੈਂ ਵੀ ਯਾਰ ਬਹੁਤ ਘੱਟ ਦੇਖੇ ਨੇ ਵੀਰੇ ਜਿਹੜੇ ਆਪਣੇ ਪੰਜਾਬੀ ਵੀਰੇ ਕੰਮ ਕਰਦੇ ਨੇ। ਇਹਦਾ ਆਪਣਾ ਮਤਲਬ ਪੰਜਾਬੀ ਦਾ ਆਪਣਾ ਕੰਮ, ਆਪਾਂ ਲੋਕ ਆਪ ਖਾਂਦੇ ਆ ਪੰਜਾਬੀ ਕੁਲਚੇ ਇਹ। ਠੀਕ ਹੈ ਵੀਰੇ, ਫਿਰ ਸਾਡੇ ਲਈ ਵੀ ਯਾਰ ਕੁਲਚਾ ਬਣਾ ਦਿਓ ਇੱਕ। ਸੋ ਤੁਸੀਂ ਦੇਖ ਸਕਦੇ ਨਾ, ਬਾਈ ਨੇ ਬਹੁਤ ਪਿਆਰਾ ਜਿਹਾ ਜਿਹੜਾ ਸੈਟ ਲਾਇਆ ਹੋਇਆ ਆ, ਅਤੇ ਪ੍ਰੋਪਰ ਸੁੱਕੀ ਦੇ ਸਪੈਸ਼ਲ ਕੁਲਚੇ, ਆਲੂ ਟਿੱਕੀ, ਨਿਊਡਲ। ਪਹਿਲਾਂ ਬਾਈ ਨਿਊਡਲ ਦਾ ਵੀ ਕੰਮ ਕਰਦਾ ਸੀ, ਅਤੇ ਕੰਮ ਜ਼ਿਆਦਾ ਹੋ ਜਾਂਦਾ ਸੀ, ਇਸ ਕਰਕੇ ਬਾਈ ਨੇ ਹੁਣ ਇਕੱਲਾ ਕੁਲਚੇ ਦਾ ਹੀ ਕੰਮ ਸਟਾਰਟ ਕਰ ਰੱਖਿਆ। ਅਤੇ ਸਾਫ਼ ਸਫਾਈ ਦਾ ਹੀ ਪੂਰਾ ਧਿਆਨ ਰੱਖਿਆ ਹੋਇਆ ਬਾਈ ਨੇ, ਅਤੇ ਛੋਲੇ ਵਗੈਰਾ, ਪਨੀਰ ਵਗੈਰਾ ਪੂਰਾ ਭਰ ਕੇ ਪਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਨਾ। ਅਤੇ ਉੱਧਰ ਕੱਟ ਰਿਹਾ ਬਾਈ ਪੀ ਟਮਾਟਰ, ਲੈ ਵੀ ਟਮਾਟਰ ਵੀ ਪਾਤੇ ਬਾਈ ਨੇ ਨਾਲ ਨਾਲ, ਅਤੇ ਕੁਲਚਾ ਆਪਣਾ ਬਣ ਕੇ ਜਿਹੜਾ ਤਿਆਰ ਹੋਣ ਜਾ ਰਿਹਾ। ਦੇਖ ਕੇ ਬਹੁਤ ਵਧੀਆ ਲੱਗਿਆ ਵੀ ਆਪਣੇ ਜਿਹੜੇ ਪੰਜਾਬੀ ਵੀਰ ਨੇ ਨਾ ਉਹ ਵੀ ਇਹ ਚੀਜ਼ ਕਰ ਰਹੇ ਨੇ। ਵਧੀਆ ਯਾਰ, ਆਪਣੇ ਇੱਥੇ ਪੰਜਾਬ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਬਾਹਰ ਵੀ ਯਾਰ ਲੋਕ ਇੱਦਾਂ ਦੀ ਕੁਛ ਕੰਮ ਕਰਦੇ ਨੇ, ਬਾਹਰ ਵੀ ਦਿਹਾੜੀਆਂ ਕਰਦੀਆਂ ਨੇ, ਉਹੀ ਦਿਹਾੜੀਆਂ ਇੱਥੇ ਕਰ ਲਓ ਆਪਣੇ ਘਰ ਪਰਿਵਾਰ 'ਚ ਰਹਿ ਕੇ, ਇਹ ਤੋਂ ਉੱਪਰ ਦੀ ਕੋਈ ਗੱਲ ਨਹੀਂ ਹੁੰਦੀ। ਸੋ ਲਓ ਬਾਈ, ਉੱਪਰ ਦੀ ਹੁਣ ਪਨੀਰ ਪੈ ਰਿਹਾ ਕੁਲਚੇ ਦੇ ਵਿੱਚ, ਪਨੀਰ ਦੀ ਬਾਈ ਨੇ ਚੰਗੀ ਤਰ੍ਹਾਂ ਹਨੇਰੀ ਲਿਆਤੀ, ਅਤੇ ਮੀਂਹ ਪੈ ਰਿਹਾ ਪੂਰਾ ਪਨੀਰ ਦਾ। ਅਤੇ ਫਿਰ ਇਹ ਕੁਲਚੇ ਵਗੈਰਾ ਤੁਸੀਂ ਕਿੱਥੋਂ ਲੈ ਕੇ ਆਉਣੇ ਵੀਰੇ? ਇਹ ਵੀਰੇ ਆਪੇ ਬਣਾਉਣੇ, ਆਪਾਂ ਤਾਂ ਦੇੜੇ ਆਪਣੀ ਦੁਕਾਨ ਅੱਛਾ, ਕੁਲਚੇ ਵੀ ਆਪ ਬਣਾਉਣੇ ਤੁਸੀਂ? ਹਾਂਜੀ। ਚਲੋ ਵਧੀਆ ਗੱਲ ਹੈ ਵੀਰੇ, ਫਿਰ ਤਾਂ ਕੁਆਲਿਟੀ ਵਧੀਆ ਹੋਊਗੀ ਕੁਲਚਿਆਂ ਦੀ ਵੀ। ਸੋ ਆਪਣਾ ਕੁਲਚਾ ਜਿਹੜਾ ਬਣ ਕੇ ਤਿਆਰ ਹੋ ਰਿਹਾ, ਬਾਕੀ ਜਿਹੜੇ ਆਪਣੇ ਇੱਥੇ ਨੇੜੇ ਤੇੜੇ ਦੇ ਲੋਕੇਸ਼ਨ ਵਾਲੇ ਨੇ ਨਾ, ਜ਼ਰੂਰ ਆ ਕੇ ਬਾਈ ਦੀ ਸਪੋਰਟ ਕਰਿਓ। ਸੋ ਜਿੱਥੇ ਦੀ ਲੋਕੇਸ਼ਨ ਤੁਹਾਨੂੰ ਪ੍ਰੋਪਰ ਦੱਸਿਆ ਨਾ, ਇਹ ਰੱਖੜਾ ਪਿੰਡ ਆਪਣਾ, ਰੱਖੜੇ ਪਿੰਡ ਵਾਲੀ ਜਿਹੜੀ ਮਿੱਲ ਆ ਦਵਲਾਣ ਵਾਲਾ ਮੋੜ ਮੁੜਦਾ, ਉਹ ਮੋੜ ਦੇ ਉੱਤੇ ਹੀ ਬਾਈ ਖੜਦਾ, ਉਹ ਪਿੱਛੇ ਦਵਲਾਣ ਵਾਲਾ ਮੋੜ ਮੁੜ ਰਿਹਾ। ਸੋ ਮੋੜ ਦੇ ਉੱਤੇ ਬਾਈ ਖੜਦਾ, ਤੁਸੀਂ ਆ ਕੇ ਜ਼ਰੂਰ ਵਿਜ਼ਿਟ ਕਰਿਓ ਅਤੇ ਬਾਈ ਦੀ ਸਪੋਰਟ ਕਰਿਓ। ਅਤੇ ਕੁਲਚਾ ਵੀ ਬਣ ਕੇ ਆਪਣਾ ਤਿਆਰ ਹੋ ਚੁੱਕਿਆ, ਤੁਹਾਨੂੰ ਕੁਲਚਾ ਵੀ ਦਿਖਾਉਂਦੇ ਆ ਵੀ ਕਿੱਦਾਂ ਦਾ ਹੋਊਗਾ। ਲਓ ਜੀ, ਬਣ ਕੇ ਕੁਲਚਾ ਆਪਣਾ ਤਿਆਰ ਆ, ਅਤੇ ਨਾ ਕੁਲਚਾ ਵੀ ਤੁਸੀਂ ਦੇਖ ਸਕਦੇ ਹੋ, ਬਾਈ ਨੇ ਇਹਨੂੰ ਪੂਰਾ ਭਰ ਕੇ ਬਣਾਇਆ ਹੋਇਆ, ਮਤਲਬ ਨਾ ਪੂਰਾ ਸਵਾਦ ਵਾਲਾ ਕੁਲਚਾ ਹੋਊਗਾ। ਬਾਈ ਬੋਤਲ ਬਹੁਤ ਬੜੀ ਰੱਖ ਰੱਖੀ ਯਾਰ।
ਸੋ ਬਾਕੀ ਬਈ ਹੈ ਨਾ ਯਾਰ ਆਪਾਂ ਨੂੰ ਹੀ ਸਪੋਰਟ ਕਰਨੀ ਪਊਗੀ ਆਪਣੇ ਪੰਜਾਬੀਆਂ ਦੀ, ਕਿਉਂਕਿ ਤੁਹਾਨੂੰ ਪਤਾ ਨਾ ਪੰਜਾਬ ਦਾ ਯੂਥ ਬਹੁਤ ਬਾਹਰ ਜਾ ਰਿਹਾ। ਸੋ ਜੇ ਆਪਾਂ ਉਹਨਾਂ ਦੀ ਸਪੋਰਟ ਕਰਾਂਗੇ ਤਾਂ ਉਹ ਆਪਣਾ ਇੱਥੇ ਕੰਮਕਾਰ ਕੋਈ ਸਟਾਰਟ ਕਰਨਗੇ। ਸੋ ਬਾਕੀ ਜੇ ਤੁਹਾਨੂੰ ਇੱਥੇ ਦਾ ਵਧੀਆ ਲੱਗਿਆ ਹੋਊਗਾ ਮਾਹੌਲ ਤਾਂ ਜ਼ਰੂਰ ਆ ਕੇ ਵਿਜ਼ਿਟ ਕਰਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਈ ਦੀ ਵੀ ਸਪੋਰਟ ਹੋ ਸਕੇ।